ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਗਰੀਬ ਨਵਾਜ ਸਤਿਗੁਰੂ ਜੀ ਆਪਣੀ ਜ਼ੁਬਾਨੀ ਪਾਕ ਤੋਂ ਬਿਲਾਵਲ ਰਾਗ ਦੇ ਅੰਦਰ ਸਾਨੂੰ ਉਚਾਰਨ ਕਰਕੇ ਬਖਸ਼ਿਸ਼ ਪਏ ਕਰਦੇ ਨੇ। ਕਿਰਪਾਲੂ ਦਿਆਲੂ ਸਤਿਗੁਰੂ ਸਾਡੇ 'ਤੇ ਮਿਹਰ ਕਰਦੇ ਨੇ। ਸਤਿਗੁਰੂ ਦਇਆ ਦਾ ਘਰ ਏ ਅਤੇ ਜੀਵਨ ਮਾਲਾ ਮਲ ਕਦੋਂ ਹੋਣਾ, ਜੀਵ ਦੀ ਝੋਲੀ ਕਦੋਂ ਭਰਨੀ ਆ? ਜਦੋਂ ਪ੍ਰਭੂ ਦੇ ਨਾਲ ਜੁੜਿਆ, ਜਦੋਂ ਪ੍ਰਭੂ ਦੇ ਮਾਰਗ ਵੱਲ ਨੂੰ ਤੁਰਿਆ, ਪ੍ਰਭੂ ਵੱਲ ਨੂੰ ਤੁਰਿਆ, ਪ੍ਰਭੂ ਦੇ ਕੋਲ ਆ ਕੇ ਜਦੋਂ ਇਹਨੇ ਪ੍ਰਾਰਥਨਾ ਕੀਤੀ, ਅਰਜ਼ੋਈ ਕੀਤੀ, ਹੇ ਮੇਰੇ ਮਾਲਕ ਪ੍ਰਭੂ ਜੀ ਮੇਰੇ 'ਤੇ ਕਿਰਪਾ ਕਰੋ, ਅਰਜ਼ੋਈ ਕਰਦਿਆਂ ਆਪਣੇ ਅੰਦਰ ਦੇ ਬੋਲਾਂ ਨੂੰ ਬੇਨਤੀ ਪੂਰਵਕ ਇਉਂ ਕਹਿਣਾ ਕੀਤਾ, ਦਇਆ ਕਰੋ ਬਸੋ ਮਨ ਆਏ। ਮਹਾਰਾਜ ਜੀ, ਇਹ ਤਨ ਤਾਂ ਤੁਹਾਡੇ ਕੋਲ ਆ ਜਾਂਦਾ ਹੈ, ਤਨ ਤਾਂ ਤੁਹਾਡੀ ਹਜ਼ੂਰੀ ਅੰਦਰ ਹਾਜ਼ਰੀਨ ਹੁੰਦਾ ਹੈ, ਮਹਾਰਾਜ ਮਨ ਜਿਹੜਾ ਹੈ ਇਹ ਤੁਹਾਡੇ ਕੋਲ ਨਹੀਂ ਆਉਂਦਾ, ਮਨ ਤੁਹਾਡੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਹੁੰਦਾ, ਤਨ ਹਾਜ਼ਰ ਬੈਠਾ ਹੁੰਦਾ ਹੈ ਗੁਰਸੰਗਤ ਦੇ ਵਿੱਚ, ਗੁਰੂ ਦੇ ਕੋਲ, ਕਥਾ ਦੇ ਸਮਾਗਮ, ਕੀਰਤਨ ਦੇ ਸਮਾਗਮ 'ਚ। ਅਤੇ ਮਨ ਪਤਾ ਨਹੀਂ ਕਿੱਥੇ ਘੋੜੇ ਖਰੀਦ ਰਿਹਾ ਹੁੰਦਾ, ਮਨ ਪਤਾ ਨਹੀਂ ਕਿੰਨੀ ਦੂਰੀ 'ਤੇ ਫਿਰ ਰਿਹਾ ਹੁੰਦਾ, ਕੀ ਕਾਰੋਬਾਰ ਦੇ ਵਿੱਚ ਵਿਚਰ ਰਿਹਾ ਹੁੰਦਾ, ਤਨ ਕਰਕੇ ਗੁਰੂ ਕੋਲ ਬੈਠਾ ਹੁੰਦਾ। ਕਈ ਵਾਰ ਮਨ ਕਰਕੇ ਕਿਸੇ ਵਿਸ਼ਿਆਲੇ ਦੇ ਵਿੱਚ ਹੁੰਦਾ, ਕਦੇ ਕਿਸੇ ਕਾਰਜ ਦੇ ਵਿੱਚ ਵਿਅਸਤ ਹੁੰਦਾ, ਕਦੇ ਵਿਦੇਸ਼ ਦੇ ਵਿੱਚ ਵਿਅਸਤ ਹੁੰਦਾ, ਮਨ ਉੱਧਰ ਭਟਕਦਾ, ਤਨ ਟਿਕਿਆ ਹੋਇਆ। ਮੇਰੇ ਵਾਹਿਗੁਰੂ ਜੀ, ਇਹ ਮਨ ਟਿਕ ਜਾਵੇ, ਮਹਾਰਾਜ ਇਹਦੇ ਤੱਕ ਮੇਰੀ ਪਹੁੰਚ ਨਹੀਂ ਹੈ, ਮੇਰੀ ਪਹੁੰਚ ਨਹੀਂ ਕਿ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਮੈਂ ਮਨ ਨੂੰ ਟਿਕਾ ਸਕਾਂ, ਤੁਸੀਂ ਦਇਆ ਕਰੋ, ਤਰਸ ਕਰੋ। ਇਹ ਮੇਰੇ ਹਿਰਦੇ ਦੇ ਅੰਦਰ ਮਨ ਵਿੱਚ ਆ ਕੇ ਵਾਸਾ ਕਰੋ, ਇਹ ਇੱਧਰ ਉੱਧਰ ਭਟਕਣਾ ਤੋਂ ਰਹਿਤ ਹੋ ਜਾਵੇ। ਮਹਾਰਾਜ, ਅੰਦਰ ਦੇ ਦੁੱਖ, ਬਾਹਰ ਦੇ ਦੁੱਖ ਮਿਟ ਜਾਣਗੇ ਜਦੋਂ ਤੁਸਾਂ ਨੇ ਕਿਰਪਾ ਕਰ ਦਿੱਤੀ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਬਚਨ ਕਰਦੇ, ਦਇਆ ਕਰਨੰ ਦੁੱਖ ਹਰਣੰ। ਜਦੋਂ ਦਇਆ ਕਰਦਾ ਹੈ ਨਾ, ਦੁੱਖਾਂ ਨੂੰ ਹਰਦਾ ਹੈ, ਦੁੱਖਾਂ ਨੂੰ ਨਾਸ਼ ਕਰਦਾ ਹੈ, ਦੁੱਖਾਂ ਨੂੰ ਦੂਰ ਕਰਦਾ ਹੈ, ਦਰਦਾਂ ਨੂੰ ਦੂਰ ਕਰਦਾ ਹੈ। ਦਇਆ ਕਰਨੰ ਦੁੱਖ ਹਰਣੰ। ਹੁਣ ਦੁੱਖ ਜਿਹੜੇ ਹਰਨ ਕਿਵੇਂ ਹੋਣ, ਨਸ਼ਟ ਕਿਵੇਂ ਹੋਣ? ਉਚਰਨੰ ਨਾਮ ਕੀਰਤਨ ਹੈ, ਉਸ ਪਰਿਪੂਰਨ ਪਰਮਾਤਮਾ ਦਾ ਨਾਮ ਉਚਾਰਨ ਕਰ, ਉਹਦੀ ਕੀਰਤੀ ਕਰ, ਉਹਦੀ ਵਡਿਆਈ ਕਰ, ਉਪਮਾ ਕਰ। ਦੁੱਖ ਨਾਸ ਨਹੀਂ ਹੋਏ, ਦਰਦ ਦੂਰ ਨਹੀਂ ਹੋਏ, ਸੋਗ ਦੂਰ ਨਹੀਂ ਹੋਏ, ਮਨ ਦੀ ਵਿਆਕੁਲਤਾ ਘਟੀ ਨਹੀਂ। ਕਿਉਂ ਨਹੀਂ ਘਟੀ? ਮਹਾਰਾਜ ਕਹਿੰਦੇ, ਮਨ ਕਰਕੇ ਮਾਲਕ ਨੂੰ ਨਹੀਂ ਜਪਿਆ, ਮਨ ਕਰਕੇ ਮਾਲਕ ਨੂੰ ਨਹੀਂ ਅਰਾਧਿਆ, ਮਨ ਕਰ ਹਰ ਗੁਣ ਕਬੂ ਨਾ ਗਾਏ, ਮਨ ਕਰਕੇ ਨਹੀਂ ਗੁਣ ਗਾਇਨ ਕੀਤੇ। ਜੇ ਗਾਉਂਦਾ, ਮਨ ਮਾਲਕ ਨੂੰ ਧਿਆਉਂਦਾ, ਇਹਦੇ ਵਿੱਚ ਸੋਗ ਨਹੀਂ ਸੀ ਰਹਿਣੇ,
ਇਹਦੇ ਵਿੱਚ ਰੋਗ ਨਹੀਂ ਸੀ ਰਹੇ ਨੇ। ਮਨ ਵੀ ਰੋਗੀ ਏ, ਤਨ ਵੀ ਰੋਗੀ ਏ। ਮਨ ਅੰਦਰ ਸੋਗ ਏ, ਤਨ ਉੱਪਰ ਰੋਗ ਏ। ਮਹਾਰਾਜ ਮੇਰ ਕਰਦੇ ਨੇ ਉਹਦੇ ਨਾਮ ਉਚਾਰਨ ਕਰ। ਦਇਆ ਕਰਨੰਗ ਦੁੱਖ ਹਜ ਹਰਨੰਗ ਉਚਰਨੰਗ ਨਾਮ ਹਰ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤਨ ਮਾਇਆ। ਮਹਾਰਾਜ ਉਹਨਾਂ ਬਚਨਾਂ ਦੇ ਵਿੱਚ ਹੀ ਕਹਿੰਦੇ ਕਹਿੰਦੇ ਜੇ ਤੂੰ ਜਪ ਲਵੇਂ, ਜੁੜ ਜਾਵੇਂ, ਮਨ ਕਰਕੇ ਗਾਵੇਂ ਧਿਆਵੇਂ, ਉਹ ਦਇਆ ਕਰਨ ਵਾਲਾ ਦਾਤਾ ਹੈ। ਅਤੇ ਜਦੋਂ ਦਇਆ ਕਰਦਾ ਦੁੱਖ ਨਸ਼ਟ ਹੁੰਦੇ ਆ, ਅਤੇ ਮਾਇਕੀ ਪਦਾਰਥ ਦੇ ਵਿੱਚ ਉਹ ਲਪਾਈ ਮਨ ਮਾਲਕ ਵੀ ਨਹੀਂ, ਉਹ ਜੀਵ ਦੀ ਬਿਰਤੀ ਵੀ ਨਹੀਂ ਹੁੰਦੀ, ਉਹ ਵੀ ਇਹਦੇ ਵਿੱਚ ਲਪਾਏ ਮਨ ਨਹੀਂ ਹੁੰਦਾ। ਇਸ ਕਰਕੇ ਜੋਦੜੀ ਕਰਦਾ ਹੈ ਮਹਾਰਾਜ, ਉਹ ਦਇਆ ਮੇਰੇ 'ਤੇ ਕਰੋ ਜਿਹਦੇ ਨਾਲ ਮੇਰੇ ਅੰਦਰ ਦੇ ਬਾਹਰ ਦੇ ਦੁੱਖ ਹਰਣੰ ਨਸ਼ਟ ਹੋ ਜਾਣੇ ਨੇ। ਹਰਣ ਪਰਣ ਦਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਉਹ ਦਇਆ ਕਰੋ, ਬਸੋ ਮਨ ਮਾਹੀ। ਮਹਾਰਾਜ ਦਇਆ ਕਰਕੇ ਮੇਰੇ ਮਨ ਦੇ ਅੰਦਰ ਵਾਸਾ ਕਰੋ, ਤਰਸ ਕਰਕੇ ਮੇਰੇ 'ਤੇ ਰਹਿਮਤ ਵਰਸਾਓ, ਜਿਹਦੇ ਹਜ਼ੂਰ ਹਾਜ਼ਰੀਨ ਹੋ ਕੇ ਬੇਨਤੀ ਕਰਨੀ ਆ, ਉਹ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ। ਹੇ ਸੁੱਖਾਂ ਦੇ ਨਿਧਾਨ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਅੰਧਕਾਰ ਨੂੰ ਕੱਟਣ ਵਾਲੇ ਮੇਰੇ ਪਿਆਰੇ ਵਾਹਿਗੁਰੂ ਹੋ, ਮੇਰੇ ਪਿਆਰੇ ਮਾਲਕ ਹੋ। ਤੁਹਾਡੇ ਬਿਨਾਂ ਕੋਈ ਵੀ ਨਹੀਂ। ਸੁਖ ਨਿਧਾਨ ਨਾਨਕ ਪ੍ਰਭ ਮੇਰਾ, ਸਾਧ ਸੰਗ ਧਨ ਮਾਲ। ਉਹ ਸੁੱਖਾਂ ਦਾ ਖਜ਼ਾਨਾ ਪ੍ਰਭੂ ਮੇਰਾ, ਔਰ ਉਹਦੀ ਪ੍ਰਾਪਤੀ ਸਾਧ ਸੰਗ ਵਿੱਚੋਂ ਆ, ਨਾਮ ਧਨ ਦੀ। ਸੁਖ ਨਿਧਾਨ ਪ੍ਰਭ ਏਕ ਹੈ, ਅਵਨਾਸੀ ਸੁਣਿਆ। ਇੱਕੋ ਪਰਮਾਤਮਾ ਸੁੱਖਾਂ ਦਾ ਖਜ਼ਾਨਾ ਹੈ, ਉਹਨੂੰ ਕੰਨਾਂ ਨਾਲ ਸੁਣਿਆ ਹੈ, ਮਨ ਚਾਹਤ ਕਰਦਾ ਹੈ, ਅਰਾਧਨਾ ਕਰੇ। ਮਹਾਰਾਜ ਕਹਿੰਦੇ ਆ ਸੁਖ ਨਿਧਾਨ ਹਰ ਅਲਖ ਸੁਆਮੀ। ਮਹਾਰਾਜ ਤੂੰ ਲਖਣੇ ਤੋਂ ਪਰੇ, ਸੁੱਖਾਂ ਦਾ ਖਜ਼ਾਨਾ ਹੈ, ਔਰ ਉਹਨੂੰ ਅਰਾਧ ਸੁਖਦਾਤਾ ਭੈ ਭੰਜਨੋ ਤਿਸ ਆਗੇ ਕਰ ਅਰਦਾਸ। ਉਹ ਸੁੱਖਾਂ ਦਾ ਦਾਤਾ ਹੈ। ਭੈ ਡਰ ਜਿਹੜਾ ਜੀਵਨ ਵਿੱਚ ਬਣਿਆ ਹੈ ਉਹਨੂੰ ਨਾਸ਼ ਕਰਤਾ ਹੈ, ਉਹਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਕਰ, ਉਹ ਦਇਆ ਕਰੇਗਾ ਔਰ ਜੀਵਨ ਦੀ ਬੇੜੀ ਪਾਰ ਲਾ ਦੇਵੇਗਾ। ਦਇਆ ਕਰੋ ਕਿਸ਼ ਮਿਹਰ ਉਹ ਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਜੇ ਤੂੰ ਦਇਆ ਕਰ ਲਵੇਂ, ਤਰਸ ਕਰੇ, ਤੇ ਪੱਥਰ ਜਿਹੇ ਜਿਹੜੇ ਹਿਰਦੇ ਨੇ, ਨਾ ਦ੍ਰਵੀ ਭੂਤ ਹੋਣ ਵਾਲੇ, ਪੱਥਰਾਂ ਨੂੰ ਵੀ ਤਾਰ ਦਿੰਦਾ। ਪੱਥਰ ਹੋ ਚੁੱਕੇ ਹਿਰਦਿਆਂ ਨੂੰ ਵੀ ਤਾਰ ਦਿੰਦਾ, ਜਿਹੜੇ ਕਦੀ ਦ੍ਰਵੀ ਭੂਤ ਹੀ ਨਹੀਂ ਹੋਏ, ਅੱਤ ਦੇ ਕਠੋਰ ਨੇ, ਤੈਨੂੰ ਤਰਸ ਆ ਜਾਵੇ, ਤੂੰ ਕਿਰਪਾ ਕਰਕੇ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ। ਮੇਰੇ ਮਾਲਕ ਜੀ ਤੂੰ ਸਾਡੇ 'ਤੇ ਮਿਹਰ ਕਰ, ਮੇਰਾ ਪ੍ਰੀਤਮ ਹੈ, ਸਾਰੇ ਸੁੱਖ ਤੇਰੇ ਕੋਲ ਨੇ, ਤੇਰੇ ਤੋਂ ਲੈ ਕੇ ਦੂਜੇ ਅੱਗੇ ਵਰਤਾਉਂਦੇ ਨੇ। ਮਹਾਰਾਜ ਤੂੰ ਸੁੱਖਾਂ ਦਾ ਨਿਦਾਨ ਖਜ਼ਾਨਾ ਹੈ। ਅਗੰਤ ਗੁਣ ਠਾਕੁਰ ਪ੍ਰਭ ਤੇਰੇ, ਅਗੰਤ ਮਹਿਣਾ ਹੁੰਦਾ ਆ ਜਿਹਦੀ ਕੋਈ ਗਿਣਤੀ ਨਾ ਕਰ ਸਕੇ। ਤੇਰੇ ਗੁਣ, ਤੇਰੀਆਂ ਖੂਬੀਆਂ,
ਕਿੰਨੀਆਂ ਕੁ ਬਿਆਨ ਕਰਾਂ, ਕਿਸੇ ਵਿੱਚ ਇੱਕ ਗੁਣ, ਕਿਸੇ ਵਿੱਚ ਚਾਰ ਗੁਣ, ਕਿਸੇ ਵਿੱਚ ਪੰਜ ਗੁਣ, ਪਰ ਪਰਮਾਤਮਾ ਦੇ ਗੁਣ ਖੂਬੀਆਂ ਕੋਈ ਗਿਣ ਨਹੀਂ ਸਕਦਾ। ਬੇਅੰਤ ਗੁਣ ਅਨੇਕ ਮਹਿਮਾ, ਵਾਹਿਗੁਰੂ ਤੇਰੇ ਬੇਅੰਤ ਗੁਣ ਨੇ ਅਤੇ ਤੇਰੀ ਮਹਿਮਾ ਵੀ ਅਨੇਕ ਗਿਣਤੀ ਮਿਣਤੀ ਤੋਂ ਪਰੇ। ਕੀਮਤ ਕਸ਼ੂ ਨਾ ਜਾਏ ਕਹੀ, ਮਹਾਰਾਜ ਕਹਿੰਦੇ ਮਾਲਕ ਉਹਦੀ ਕੀਮਤ ਕੁਝ ਵੀ ਅੰਦਾਜ਼ਾ ਲਾ ਕੇ ਨਹੀਂ ਦੱਸਿਆ ਜਾ ਸਕਦਾ। ਇੰਨੀ ਕੁ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਆ ਅਤੇ ਇੰਨੇ ਕੁ ਉਹਦੇ ਗੁਣ ਨੇ। ਮਨੁੱਖ ਦੇ ਗੁਣ ਖੂਬੀਆਂ ਵਡਿਆਈਆਂ ਗਿਣੀਆਂ ਜਾ ਸਕਦੀਆਂ ਨੇ, ਪਰ ਪਰਮਾਤਮਾ ਦੀਆਂ ਨਹੀਂ। ਆਏ ਨਾ ਜਾਵੇ ਨਿਹਚਲ ਧਨੀ, ਪ੍ਰਭੂ ਮਾਲਕ ਕਿਤਿਓਂ ਆਉਂਦਾ ਨਹੀਂ ਹੈ ਅਤੇ ਨਾ ਹੀ ਉਹ ਕਿਤੇ ਜਾਂਦਾ ਹੈ। ਉਹ ਸਦਾ ਨਿਹਚਲ ਹਿਲਾਈ ਮਾਨ ਨਹੀਂ ਟਿਕਿਆ ਹੋਇਆ ਹੈ, ਇੱਕ ਜਗ੍ਹਾ 'ਤੇ ਵਸਿਆ ਹੋਇਆ ਹੈ। ਸੰਸਾਰ ਅੰਦਰ, ਪਰਿਵਾਰ ਅੰਦਰ, ਕਾਰੋਬਾਰ ਅੰਦਰ, ਤੇਰੇ ਹਿਰਦੇ ਦੇ ਅੰਦਰ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਭੂ ਕੋਲ ਗਿਆਨ, ਪ੍ਰਭੂ ਤੈਨੂੰ ਧਿਆਨ ਦਿੰਦਾ ਹੈ। ਔਰ ਬਾਹਰ ਭੀਤਰ ਏਕੋ ਜਾਨੋ, ਬਾਹਰ ਜੋ ਕੁਝ ਦੇਖਦਾ ਹੈ ਨਾ ਪ੍ਰਭੂ ਆ ਮਾਲਕ ਏ, ਭੀਤਰ ਉਹਨੂੰ ਆਪਣੇ ਅੰਦਰ ਵੀ ਦੇਖ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰੂ ਗਿਆਨ ਦਿੰਦਾ ਹੈ, ਬਈ ਬਾਹਰ ਨੂੰ ਨਾ ਭੱਜ, ਆਪਣੇ ਅੰਦਰ ਵੇਖ। ਪਰਮਾਤਮਾ ਤੇਰੇ ਅੰਦਰ ਏ, ਸੁੱਖ ਤੈਨੂੰ ਅੰਦਰੋਂ ਮਿਲਣਾ ਹੈ, ਪ੍ਰਾਪਤੀ ਤੈਨੂੰ ਅੰਦਰੋਂ ਹੋਣੀ, ਪ੍ਰਕਾਸ਼ ਤੈਨੂੰ ਅੰਦਰੋਂ ਹੋਣਾ ਹੈ। ਜਿਹਦੇ ਕੋਲ ਅੰਦਰੂਨੀ ਸਰੋਤ ਨਹੀਂ, ਕੰਨ ਜਿੰਨੇ ਮਰਜ਼ੀ ਅੱਛੇ ਨੇ, ਪਰਦੇ ਜਿੰਨੇ ਮਰਜ਼ੀ ਅੱਛੇ ਪਾ ਦੇਵੋ, ਡਾਕਟਰ ਪਾਉਣ ਵਾਲਾ ਵੀ ਬੜਾ ਕਾਬਲ ਏ, ਤਾਰੀਫ ਹੋਵੇ, ਪਰ ਸੁਣੇਗਾ ਨਹੀਂ। ਜਿਹਦੇ ਕੋਲ ਅੰਦਰ ਨਦਰ ਨਹੀਂ, ਦੇਖਣ ਵਾਲੀ ਸ਼ਕਤੀ, ਬਾਹਰੋਂ ਅੱਖਾਂ ਬਦਲਾ ਦਿਓ, ਅੱਖਾਂ ਦੀਆਂ ਪੁਤਲੀਆਂ ਬਦਲਾ ਦਿਓ, ਲੈਂਜ਼ ਪਵਾ ਦੇਵੋ, ਕਿਰਨਾਂ ਪਵਾ ਦੇਵੋ, ਉਹ ਦੇਖ ਨਹੀਂ ਸਕੇਗਾ, ਕਿਉਂਕਿ ਅੰਦਰੋਂ ਦੇਖਣ ਸ਼ਕਤੀ ਨਹੀਂ। ਜਿਹਦੇ ਕੋਲ ਅੰਦਰੋਂ ਦੇਖਣ ਵਾਲੀ ਸ਼ਕਤੀ ਨਹੀਂ, ਹੁਣ ਮਨੁੱਖ ਨਦਰ ਨੂੰ ਬਾਹਰ ਲੱਭਦਾ ਫਿਰੇ, ਸਰੋਤ ਨੂੰ ਬਾਹਰ ਲੱਭਦਾ ਫਿਰੇ। ਇਹ ਸਰੋਤ ਤੇਰੇ ਅੰਦਰ ਏ, ਨਦਰ ਤੇਰੇ ਅੰਦਰ ਏ, ਬੋਲ ਬਾਹਰੋਂ ਲੱਭਦਾ ਫਿਰੇ, ਬੋਲ ਤੇਰੇ ਅੰਦਰ ਏ, ਅੰਦਰੋਂ ਇਉਂ ਹੀ ਪਰਮਾਤਮਾ ਤੇਰੇ ਅੰਦਰ ਏ, ਬਾਹਰ ਨਾ ਲੱਭਦਾ ਫਿਰ। ਬਾਹਰ ਭੀਤਰ ਏਕੋ ਜਾਨੋ, ਪਰਮਾਤਮਾ ਬਾਹਰ ਵੀ ਅਤੇ ਬਾਹਰੋਂ ਤੱਕਦਾ ਆਪਣੀ ਸੁਰਤੀ ਨੂੰ, ਬਿਰਤੀ ਨੂੰ, ਖਿਆਲ ਨੂੰ, ਵਿਚਾਰ ਨੂੰ, ਸਰੋਤ ਨੂੰ, ਸੰਕੋਚ ਕੇ ਭੀਤਰ ਜਾਨੋ, ਆਪਣੇ ਅੰਦਰ ਜਾਣ ਉਸ ਆਵਾਜ਼ ਨੂੰ, ਉਸ ਪਰਮਾਤਮਾ ਨੂੰ, ਉਸ ਬ੍ਰਹਮ ਨੂੰ। ਬਾਹਰ ਭੀਤਰ ਏਕੋ ਜਾਨੋ, ਅੰਦਰ ਬਾਹਰ ਅੰਦਰ ਜਾਣ। ਜਦੋਂ ਅੰਦਰ ਜਾਣੇਗਾ ਉਹੀ ਬਾਹਰ, ਜਿਹਨੂੰ ਬਾਹਰ ਪੂਜਣਾ ਉਹਨੂੰ ਅੰਦਰ ਤੱਕ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਇਹ ਗੁਰੂ ਗਿਆਨ ਬਖਸ਼ਦਾ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨਾ ਚਿਰ ਆਪਾਂ ਨਹੀਂ ਜਾਣਦਾ, ਆਪਾਂ ਨਹੀਂ ਪਛਾਣਦਾ, ਔਰ ਉਹਨਾਂ ਚਿਰ ਭਰਮ ਦਾ ਪਰਦਾ ਨਹੀਂ ਉਹ ਚੱਕਿਆ ਜਾਣਾ। ਭਰਮ ਦਾ ਪਰਦਾ ਉਦੋਂ ਚੱਕਿਆ ਜਾਣਾ ਹੈ ਜਦੋਂ ਆਪਣੇ
ਅੰਦਰ ਉਤਰਿਆ। ਮਹਾਰਾਜ ਮੀਰ ਕਰਦੇ ਨੇ ਉਹਦੇ ਗੁਣ ਬੇਅੰਤ, ਉਹ ਨਿਹਚਲ ਧਨੀ ਬੇਅੰਤ ਗੁਣਾਂ ਕੇ ਕੇਤਕ ਗਣੀ, ਤੇਰੇ ਗੁਣ ਬੇਅੰਤ ਨੇ ਕੇਤਕ। ਕਿੰਨੇ ਕੁ ਬਿਆਨ ਕਰੀਏ, ਕਿੰਨੀਆਂ ਕੁ ਖੂਬੀਆਂ ਬਿਆਨ ਕਰੀਏ। ਬੇਅੰਤ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ, ਮਾਲਕ ਕਿੰਨੇ ਕੁ ਗਾਈਏ। ਤੇਰੇ ਗੁਣ ਬਹੁਤੇ ਨੇ ਮਹਾਰਾਜ, ਉਹਨਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਹੇ ਮੇਰੇ ਠਾਕੁਰ, ਮੇਰੇ ਮਾਲਕ, ਮੇਰੇ ਪ੍ਰਭੂ ਜੀ, ਮੋਹਿ ਅਨਾਥ ਤੁਮਰੀ ਸਰਨਾਈ। ਮਹਾਰਾਜ ਮੈਂ ਅਨਾਥ ਹਾਂ, ਮੇਰਾ ਮਾਲਕ ਕੋਈ ਨਹੀਂ, ਮੇਰਾ ਰਾਖਾ ਕੋਈ ਨਹੀਂ, ਮੇਰੀ ਬਾਂਹ ਪਕੜਨ ਵਾਲਾ ਕੋਈ ਨਹੀਂ, ਮੈਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ, ਮੇਰੇ ਜੀਵਨ ਦੀ ਬੇੜੀ ਪਾਰ ਲਾਉਣ ਵਾਲਾ ਕੋਈ ਨਹੀਂ। ਮਹਾਰਾਜ ਦੁੱਖ ਆਵੇ, ਰੋਗ ਆਵੇ, ਸੁੱਖ ਆਵੇ, ਦੁਸ਼ਮਣ ਦਲ ਚੜ੍ਹ ਕੇ ਯਾਦ ਆਵੇ, ਮੇਰੇ ਦਾਤਿਆ ਮੇਰੇ ਵਾਲੇ ਪਾਸੇ ਖਲੋਣ ਵਾਲਾ, ਮੇਰੀ ਮਦਦ 'ਤੇ ਕੋਈ ਨਹੀਂ, ਮੈਂ ਐਸਾ ਯਤੀਮ ਅਨਾਥ ਹਾਂ। ਮਹਾਰਾਜ ਤੂੰ ਕਿਰਪਾ ਕਰ, ਔਰ ਸਾਡੇ ਉੱਪਰ ਸਾਡਾ ਮਾਲਕੇ ਤੋਂ ਤੁਮਰੀ ਸਰਨਾਈ। ਮਹਾਰਾਜ ਤੇਰੀ ਸਰਨ ਵਿੱਚ ਐਸਾ ਮੈਂ ਯਤੀਮ, ਐਸਾ ਅਨਾਥ, ਐਸਾ ਬੇਸਹਾਰਾ ਤੇਰੀ ਸਰਨ ਵਿੱਚ ਆਇਆ ਹਾਂ। ਤੂੰ ਕਿਰਪਾ ਕਰ, ਸਾਡੀ ਬਾਂਹ ਪਕੜ, ਸਾਨੂੰ ਆਪਦੇ ਚਰਨੀ ਲਾ, ਮੈਂ ਤੁਹਾਡੀ ਸਰਨ ਗ੍ਰਹਿਣ ਕੀਤੀ ਏ। ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਮਹਾਰਾਜ ਕਹਿੰਦੇ ਕਰ ਕਿਰਪਾ ਹਰ ਚਰਨ ਧਿਆਈ। ਮਹਾਰਾਜ ਮੈਂ ਤੇਰੀ ਸਰਨ ਵਿੱਚ ਆਇਆ, ਅਨਾਥ ਯਤੀਮ ਹਾਂ, ਮੇਰੇ 'ਤੇ ਕਿਰਪਾ ਕਰ। ਮੇਰੇ ਕੋਲ ਸੂਝ ਨਹੀਂ, ਬੂਝ ਨਹੀਂ, ਅਕਲ ਨਹੀਂ, ਸਿਆਣਪ ਨਹੀਂ, ਮੇਰੇ 'ਤੇ ਤੂੰ ਕਿਰਪਾ ਕਰ। ਮਹਾਰਾਜ ਜਦੋਂ ਤੁਸੀਂ ਕਿਰਪਾ ਕਰੋਗੇ, ਤੁਹਾਡੇ ਹਰੀ ਪਰਮਾਤਮਾ ਵਾਹਿਗੁਰੂ ਨਿਰਗੁਣ ਅਤੇ ਸਰਗੁਣ ਜੀ, ਮੈਂ ਤੁਹਾਡੇ ਚਰਨਾਂ ਨੂੰ ਧਿਆਵਾਂ, ਚਰਨਾਂ ਨੂੰ ਧਿਆਵਾਂ, ਚਰਨਾਂ ਨੂੰ ਧਿਆਉਣਾ। ਚਰਨ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ, ਅਤੇ ਸ਼ਬਦ ਨੂੰ ਧਿਆਇਆ ਜਾਂਦਾ ਹੈ, ਸ਼ਬਦ ਦਾ ਆਰਾਧਨ ਕੀਤਾ ਜਾਂਦਾ ਹੈ, ਸ਼ਬਦ ਨੂੰ ਜਪਿਆ ਜਾਂਦਾ ਹੈ, ਸ਼ਬਦ ਨਾਲ ਜੁੜਿਆ ਜਾਂਦਾ ਹੈ। ਮਹਾਰਾਜ ਮੇਰੇ 'ਤੇ ਕਿਰਪਾ ਕਰ, ਤੇਰੇ ਸ਼ਬਦ ਸਰੂਪ ਚਰਨ ਜਿਹੜੇ ਨੇ ਉਹਨਾਂ ਨੂੰ ਧਿਆਵਾਂ ਔਰ ਜਪਣਾ ਕਰਾਂ, ਆਨੰਦਿਤ ਹੋਵਾਂ। ਹਮ ਅਨਾਥ ਨਾਥ ਹਰ ਸਰਨਾਈ। ਮਹਾਰਾਜ ਅਸੀਂ ਯਤੀਮ ਹਾਂ ਅਤੇ ਨਾਥ ਤੂੰ ਏ ਮਾਲਕ ਸਭਨਾ ਦਾ, ਅਸੀਂ ਤੇਰੀ ਸਰਨ ਵਿੱਚ ਆਏ ਹਾਂ, ਆਪਣੀ ਕਿਰਪਾ ਕਰਹੇ ਅਤੇ ਤੂੰ ਸਾਡੇ ਉੱਪਰ ਆਪਣੀ ਮਿਹਰਬਾਨੀ ਕਰੇ, ਰਹਿਮਤ ਵਰਸਾਵੇਂ, ਦਇਆ ਕਰੇ। ਚਰਨ ਕਮਲ ਨਾਨਕ ਆਰਾਧੈ। ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਪੰਜਵੇਂ ਗੁਰਦੇਵ ਸਤਿਗੁਰੂ ਕਹਿੰਦੇ ਆ, ਜਦੋਂ ਤੂੰ ਆਪਣੀ ਮਿਹਰ ਕਰੇ, ਰਹਿਮਤ ਕਰੇ, ਫਿਰ ਉਹ ਜੀਵ ਜਿਹਦੇ 'ਤੇ ਤੂੰ ਮਿਹਰ ਕੀਤੀ, ਰਹਿਮਤ ਕਰ ਦਿੱਤੀ, ਉਹ ਤੇਰੇ ਚਰਨਾਂ ਕਮਲਾਂ ਦਾ, ਸ਼ਬਦ ਦਾ ਆਰਾਧਨ ਕਰੇ। ਤਿਸ ਬਿਨ ਆਨ ਨਾ ਕਹਿ, ਉਹਦੇ ਤੋਂ, ਤੇਰੇ ਚਰਨਾਂ ਕਮਲਾਂ ਤੋਂ, ਸ਼ਬਦ ਤੋਂ ਬਗੈਰ ਆਨ ਕੋਈ ਹੋਰ ਵੀ ਕਿਸੇ ਦਾ ਧਿਆਨ ਨਹੀਂ, ਕਿਸੇ ਦਾ ਗਾਇਨ ਨਹੀਂ, ਕਿਸੇ ਦਾ ਆਰਾਧਨ ਨਹੀਂ। ਉਹ ਤੈਨੂੰ ਗਾਇਨ ਕਰਦਾ, ਤੈਨੂੰ ਧਿਆਉਂਦਾ, ਜਪਦਾ, ਮੋਹਿ ਅਨਾਥ ਦਾਸ ਜਨ ਤੇਰਾ। ਮਹਾਰਾਜ ਮੈਂ ਯਤੀਮ ਹਾਂ ਅਤੇ ਵਾਹਿਗੁਰੂ ਜੀ ਨਿਆਸਰਾ ਹਾਂ,
ਤੇ ਤੇਰਾ ਜਨ ਸੇਵਕ ਬਣਿਆ ਅਵਰ ਓਟ ਸਗਲੀ ਮੋਹਿ ਤਿਆਗੀ। ਮਹਾਰਾਜ ਬਾਕੀ ਸਾਰੇ ਆਸਰੇ ਛੱਡ ਦਿੱਤੇ, ਇੱਕ ਤੇਰਾ ਆਸਰਾ ਤੱਕਿਆ ਤੇ ਹੁਣ ਤੂੰ ਕਿਰਪਾ ਕਰ ਮੇਰੇ ਤੇ ਮਿਹਰ ਵਰਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਾਰੇ ਆਸਰੇ ਛੱਡ ਦਿੱਤੇ, ਨਿਆਸਰਾ ਹੋ ਗਿਆ, ਕੋਈ ਆਸਰਾ ਨਾ ਰਿਹਾ, ਤੇ ਉਸ ਵੇਲੇ ਪ੍ਰਭੂ ਨੂੰ ਆਰਾਧਿਆ। ਮਹਾਰਾਜ ਕਹਿੰਦੇ ਦਇਆ ਕਰੋ ਬਸੋ ਮਨ ਆਏ, ਹੁਣ ਤੁਸੀਂ ਮੇਰੇ ਹੋ, ਤੁਹਾਡੇ ਬਗੈਰ ਮੇਰਾ ਹੈ ਕੋਈ ਨਹੀਂ, ਤੇ ਮਾਲਕ ਜੀ ਤੁਸੀਂ ਕਿਰਪਾ ਕਰਕੇ ਆ ਕੇ ਮੇਰੇ ਹਿਰਦੇ ਦੇ ਅੰਦਰ ਵਾਸਾ ਕਰੋ, ਮੇਰੇ ਮਨ ਦੇ ਅੰਦਰ।